Dear students and viewers' best wishes. From today onwards, we shall start doing change of narration, which is also called direct speech and indirect speech, from direct to indirect and then in, from indirect to direct. The words of a speaker may be reported in two ways. Number one is direct speech that is quoting the speaker's exact words within inverted commas and the second is just giving a sense of that speech or what the speaker has said we just convey that in our own words so that is indirect speech bhav je ta asi jo sada speaker hai ਉਸਦੇ ਸ਼ਬਦਾਂ ਨੂੰ ਐਗਜ਼ੈਕਟ ਬਿਲਕੁਲ ਉਹੀ ਸ਼ਬਦ ਵਿਦਨ ਇਨਵਰਟਡ ਕਾਮਾਸ ਦੇ ਦिए दैट इज कॉल्ड ਡਾਇਰੈਕਟ ਸਪੀਚ ਅਗਰ ਅਸੀਂ ਉਸ ਦਾ ਜੋ ਭਾਵ ਹੈ ਆਪਣੇ ਸ਼ਬਦਾਂ ਵਿੱਚ ਦੇ ਦिए ਜੋ ਉਸ ਨੇ ਕਿਹਾ ਹੈ ਕਹਿਣਾ ਉਹੀ ਹੈ ਉਸ ਨੂੰ ਆਪਣੇ ਸ਼ਬਦਾਂ ਵਿੱਚ ਐਕਸਪਰੈਸ ਕਰ ਦिए ਤੋਂ दैट विल बिकम ਇਨਡਾਇਰੈਕਟ ਸਪੀਚ ਨਾਊ ਵੀ ਸ਼ਲ ਡੂ ਰੂਲਸ ਫਾਰ ਚੇਂਜ ਔਰ ਰੂਲਸ ਫਾਰ ਕਨਵਰਸ਼ਨ of sentences from direct speech into indirect speech. Our first rule is use a suitable reporting verb and connective when we are converting that. Look, sada sentence hai, ਉਦੇ ਦੋ ਹਿੱਸੇ ਹੁੰਦੇ ਨੇ ਇੱਕ ਨੂੰ ਅਸੀਂ ਕਹਿੰਦੇ ਆ ਰਿਪੋਰਟਿੰਗ ਸਪੀਚ ਜੋ ਕਾਮਾ ਤੋਂ ਬਾਹਰ ਹੁੰਦੀ ਹੈ ਇੱਕ ਸਾਡੀ ਹੁੰਦੀ ਹੈ ਰਿਪੋਰਟਡ ਸਪੀਚ ਜੋ ਇਨਵਰਟਡ ਕਾਮਾਸ ਦੇ ਅੰਦਰ ਹੁੰਦੀ ਹੈ ਤੇ ਅਸੀਂ ਕੀ ਕਰਦੇ ਹਾਂ ਕਿ ਜਿਹੜੀ ਰਿਪੋਰਟਿੰਗ ਸਪੀਚ ਹੈ ਉਹਦੇ ਤਿੰਨ ਹਿੱਸੇ ਹੋਗੇ ਇੱਕ ਸਬਜੈਕਟ ਕਿ ਹੂ ਇਸ ਸਪੀਕਿੰਗ ਦੂਸਰਾ ਰਿਪੋਰਟਿੰਗ ਵਰਬ ਹੋਗੀ ਤੀਸਰਾ ਆਬਜੈਕਟ ਹੋ ਜਾਂਦਾ ਹੈ ਕਿ ਅਸੀਂ ਕਹ ਉਹ ਗੱਲ ਕਿਸ ਨੂੰ ਰਹਿ ਹਾਂ ਜਾਂ ਜੋ ਸਪੀਕਰ ਹੈ ਜੋ ਸਬਜੈਕਟ ਹੈ ਉਹ ਆਪਣੀ ਗੱਲ ਕਿਸ ਨੂੰ ਕਹਿ ਰਿਹਾ ਹੈ ਕਿਸ ਨੂੰ ਸੁਣਾ ਰਿਹਾ ਹੈ ਇਹ ਸਾਰੀ ਸਾਡੀ ਰਿਪੋਰਟਿੰਗ ਸਪੀਚ ਹੁੰਦੀ ਹੈ ਤੇ ਅਸੀਂ ਰਿਪੋਰਟਿੰਗ ਵਰਬ ਨੂੰ ਚੇਂਜ ਕਰਨਾ ਹੁੰਦਾ ਕਿਵੇਂ ਚੇਂਜ ਕਰਨਾ ਅਸੀਂ ਦੇਖਾਂਗੇ ਕਿ ਵਟ ਕਾਈਂਡ ਆਫ ਸੈਂਟੈਂਸ ਇਜ਼ ਇਨਵਰਟਡ ਕਮਾਸ ਭਾਵ ਕਿ ਇਨਵਰਟਡ ਕਮਾਸ ਦੇ ਵਿੱਚ ਕਿਸ ਕਿਸਮ ਦਾ ਸਾਡਾ ਸੈਂਟੈਂਸ ਹੈ ਨੰਬਰ 2 ਜਦੋਂ ਇਨਵਰਟਡ ਕਮਾਸ ਹਟਾ ਦਿੱਤੇ ਤੇ ਅਸੀਂ ਉੱਥੇ ਇੱਕ ਕਨੈਕਟਿਵ ਲਾਉਣਾਗਾ ਕਨੈਕਟਿਵ ਕੌਣ ਹੈ ਕਨੈਕਟਿੰਗ ਵਰਡ ਜੋੜਨ ਵਾਲਾ ਸ਼ਬਦ ਉਹਨਾਂ ਨੂੰ ਪਹਿਲਾਂ ਦੋ ਅਲੱਗ-ਅਲੱਗ ਸੈਂਟੈਂਸ ਸੀ ਇੱਕ ਇਨਵਰਟਡ ਕਮਾਸ ਤੋਂ ਬਾਹਰ ਇੱਕ ਇਨਵਰਟਡ ਕਮਾ ਦੇ ਅੰਦਰ ਲੇਕਿਨ ਹੁਣ ਅਸੀਂ ਕੀ ਕਰਨਾ ਦੋਨੋਂ ਸੈਂਟੈਂਸਸ ਨੂੰ ਇੱਕ ਕਰ ਦੇਣਾ ਮਿਲਾ ਕੇ ਤੇ ਉਹਨਾਂ ਨੂੰ ਮਿਲਾਉਣ ਵਾਸਤੇ ਅਸੀਂ ਜੈਨਿ ਇੱਕ ਕਨੈਕਟਿਵ ਯਾ ਕਨੈਕਟਿੰਗ ਵਰਡ ਆਪਾਂ ਕਹਿ ਦਿੰਦੇ ਆ ਜੋ ਕਨਜੰਕਸ਼ਨ ਵੀ ਹੁੰਦਾ ਕਿਤੇ ਪਰ ਉਹ ਤੁਹਾਨੂੰ ਦੱਸਾਂਗੇ ਕੱਲਾ ਕੱਲਾ ਕਿ ਕਿਸ ਤਰ੍ਹਾਂ ਉਹ ਆਪਾਂ ਲਗਾਉਣਾ ਹੈ ਸੋ ਪਹਿਲੀ ਗੱਲ ਇਹ ਹੈ ਕਿ ਯੂਜ਼ ਏ ਸੂਟੇਬਲ ਰਿਪੋਰਟਿੰਗ ਵਰਬ and a suitable connective by removing the inverted commas jado inverted commas har gaye dusra comma automatically hat jana hunda haga hun as kiven lavange dekho asi dekhde ha agar saada sentence simple kism da hai simple kism ka te asi je kalla hi said hove said reh denge ye object hove te asi told la denne ਸੈੱਟ ਦੀ ਬਜਾਏ ਹੋਰ ਵੀ ਬਹੁਤ ਸਾਰੀਆਂ ਇਸ ਤਰ੍ਹਾਂ ਦੇ ਹੁੰਦਿਆਂ ਨੇ ਜਿਵੇਂ ਸਟੇਟਡ ਵੀ ਲੱਗ ਜਾਂਦਾ ਹੈਗਾ ਅਸਰਟਡ ਵੀ ਲੱਗ ਜਾਂਦਾ ਹੈਗਾ ਕਿਤੇ ਡਿclareਡ ਵੀ ਲੱਗ ਸਕਦਾ ਇਹੋ ਜਿਹੇ ਹੋਰ ਵੀ ਕੁਝ ਹੁੰਦਿਆਂ ਨੇ ਲੇਕਿਨ ਆਪਾਂ ਜਨਰਲੀ ਸੈੱਟ অর ਟੋਲਡ ਦੀ ਵਰਤੋਂ ਜਿਹੜੀ ਹੈ ਉਹੀ ਕਰਦੇ ਰਹਾਗੇ ਫਿਰ ਆਪਾਂ ਕਨੈਕਟਿਵ ਕੀ ਲਾਵਾਂਗੇ ਸਿੰਪਲ ਸੈਂਟੈਂਸ ਦੇ ਵਿੱਚ ਉਹ ਆਪਾਂ ਲਾਵਾਂਗੇ 댓 ਸਿੰਪਲ ਸੈਂਟੈਂਸ ਦੇ ਵਿੱਚ 댓 ਅਗਰ ਇਨਟੈਰੋਗੇਟਿਵ ਆਗੇ ਫਿਰ ਅਸੀਂ ਸੈੱਡ ਨੂੰ ਕਿਵੇਂ ਚੇਂਜ ਕਰਾਂਗੇ ਆਸਕਡ ਲਾ ਲਾਂਗੇ ਅਗਰ ਤਾਂ ਆਬਜੈਕਟ ਟਾਸਕ ਲਾ ਲਾਂਗੇ ਨਹੀਂ ਅਸੀਂ ਵਾਂਟਡ ਟੂ ਨੋ ਜਿਹੜਾ ਹੈ ਉਹ ਲਾ ਲੈਂਦੇ ਹੁੰਦੇ ਆ ਤਾਂ ਇਹ ਸਾਡਾ ਜਾਨੀ ਵੱਖ-ਵੱਖ ਸੈਂਟੈਂਸਸ ਦੇ ਮੁਤਾਬਕ ਹੀ ਲੱਗੇਗਾ ਕਿ ਅਸੀਂ ਕੀ ਲਾਉਣਾ ਹੈਗਾ ਅਗਰ ਸਾਡਾ ਕੋਈ ਇੰਪੈਰੇਟਿਵ ਹੈ ਤਾਂ ਫਿਰ ਅਸੀਂ ਸਾਇੰਸ ਦੇਖਾਂਗੇ ਰੀਕਵੈਸਟਡ ਲਾ ਸਕਦੇ ਆਂ ਅਗਰ ਸੈਂਸ ਰਿਕਵੈਸਟਡ ਵਾਲੀ ਹੈ ਐਡਵਾਈਸਡ ਲਾ ਸਕਦੇ ਆਂ ਆਰਡਰਡ ਲਾ ਸਕਦੇ ਆਂ ਕਮਾਂਡੇਡ ਲਾ ਸਕਦੇ ਆਂ ਅਗਰ ਸਾਡਾ ਜਿਹੜਾ ਹੈਗਾ ਕੋਈ ਇਸ ਤਰ੍ਹਾਂ ਦੀ ਗੱਲ ਹੋਵੇ ਜਿਹੜਾ ਸਾਨੂੰ ਕਲੀਅਰ ਜੇ ਨਾ ਹੋਵੇ ਤੇ ਉੱਥੇ ਉੱਥੇ ਅਸੀਂ ਟੋਲਡ ਵੀ ਲਾ ਸਕਦੇ ਆਂ ਆਸਕਡ ਵੀ ਲਾ ਸਕਦੇ ਆਂ ਯਾਨੀ ਇਹੋ ਜੇ ਸਾਡੇ ਜਿਹੜੇ ਹਨ ਉਹ ਸਾਡੇ ਇੰਪੈਰੀਟਿਵ ਦੇ ਵਿੱਚ ਲੱਗਣਗੇ ਔਰ ਕਨੈਕਟਿਵ ਸਾਡਾ ਲੱਗਣਾ ਹੁੰਦਾ ਟੂ ਫਿਰ ਸਾਡੇ ਆ ਜਾਣਗੇ ਐਕਸਕਲੇਮੇਟਰੀ ਉਹਨਾਂ ਚ ਅਸੀਂ ਐਕਸਕਲੇਮਡ ਲਾਵਾਂਗੇ ਐਕਸਕਲੇਮਡ ਦੇ ਨਾਲ ਫਿਰ ਅੱਗੇ ਸੈਂਸ ਦੇਖ ਕੇ ਐਕਸਕਲੇਮਡ ਵਿਦ ਜੋਏ ਐਕਸਕਲੇਮਡ ਵਿਦ ਸੋਰੋ ਐਕਸਕਲੇਮਡ ਵਿਦ ਵੰਡਰ ਐਕਸਕਲੇਮਡ ਵਿਦ ਅਪਲਾਡ ਕੁਝ ਵੀ ਲਾ ਕੇ ਉਹਦੋਂ ਅੱਗੇ ਅਸੀਂ ਥੈਟ ਲਾ ਦਾਂਗੇ ਥੈਟ ਲਾ ਦਾਂਗੇ ਐਕਸਕਲੇਮੇਟਰੀ ਦੇ ਵਿੱਚ ਅਗਰ ਸਾਡੇ ਅਪਟੇਟਿਵ ਨੇ ਤਾਂ ਅਪਟੇਟਿਵ ਦੇ ਵਿੱਚ ਅਸੀਂ ਲਾਉਂਦੇ ਹੁੰਨੇ ਆ ਵਿਸ਼ਟ ਯਾ ਪ੍ਰੇਡ ਔਰ ਅਸੀਂ ਜਿਹੜਾ ਸਾਡਾ ਕਨੈਕਟਿਵ ਹੈ ਉਹ ਲਾਉਣੇ ਹੋਨੇ दट ਔਰ ਇਸ ਤੰਗ ਗਲਤ ਧਿਆਨ ਰੱਖਣਾ ਕਿ ਜਿਹੜਾ ਅਸੀਂ ਆਸਕਡ ਲਾਉਣੇ ਹਾਂ ਜਾਂ ਵਾਂਟਡ ਟੂ ਨੋ ਲਾਉਣੇ ਹਾਂ ਕਿ ਅਗਰ ਆਬਜੈਕਟ ਨਹੀਂ ਹੁੰਦਾ ਤਾਂ ਵਾਂਟਡ ਟੂ ਨੋ ਲਾ ਦਿੰਨੇ ਤੇ ਅਸੀਂ ਫੇਰ ਜਿਹੜਾ ਕਨੈਕਟਿਵ ਹੈ ਉਹ ਕੀ ਲਾਉਣਾਗਾ ਉਹ ਜਿਹੜੇ ਤਾਂ ਸਾਡੇ ਹੈਲਪਿੰਗ ਵਰਬ ਕੁਐਸਚਨਸ ਨੇ ਉਹਨਾਂ 'ਤੇ ਅਸੀਂ ਇਫ ਯਾ ਵੈਦਰ ਦੋਨਾਂ ਚੋਂ ਕੋਈ ਵੀ ਲਾ ਸਕਦੇ ਹਾਂ ਇਫ ਲਾ ਦਈਏ ਚਾਹੇ ਵੇਦਰ ਲਾ دیے ਦੋਨੋਂ ਠੀਕ ਨੇਗੇ ਕੋਈ ਵੀ ਲਾ ਸਕਦੇ ਆ ਤੇ ਜੇ ਸਾਡੇ ਕੁਐਸਚਨਸ ਹੈਗੇ ਨੇਗੇ ਕੁਐਸਚਨ ਵਰਡ ਕੁਐਸਚਨਸ ਕੁਐਸਚਨ ਵਰਡ ਕੁਐਸਚਨ ਹੁੰਦੇ ਨੇ ਕਿ ਜਿਵੇਂ ਵਾਟ ਵੇਅਰ ਵੈਨ ਵਾਈ ਹੂ ਹੂਜ਼ ਹੂਮ ਤੇ ਹਾਉ ਇਹ ਹੋਣ ਤੇ ਫਿਰ ਅਸੀਂ ਕੋਈ ਕਨੈਕਟਿਵ ਨਹੀਂ ਲਾਉਂਦੇ ਗਲਤ ਹੋ ਜੂਗਾ ਜੇ ਅਸੀਂ ਕਨੈਕਟਿਵ ਲਾਤਾ ਹੈ ਨਾ ਤਾਂ ਫਿਰ ਅਸੀਂ ਕੋਈ ਕਨੈਕਟਿਵ ਨਹੀਂ ਲਉਂਦੇ ਹੁੰਦੇ ਤਾਂ ਇਹ ਅਸੀਂ ਧਿਆਨ ਰੱਖਣਾ ਹੈਗਾਗਾ ਕਿ ਅਸੀਂ ਸੈਂਟੈਂਸ ਦੀ ਕਿਸਮ ਦੇਖਦੇ ਹਾਂ ਔਰ ਉਹਦੇ ਮੁਤਾਬਕ ਫਿਰ ਅਸੀਂ ਅੱਗੇ ਰਿਪੋਰਟਿੰਗ ਵਰਬ ਲਾ ਦਿੰਦੇ ਹਾਂ ਤੇ ਕਨੈਕਟਿਵ ਲਾ ਦਿੰਦੇ ਹਾਂ ਸਿਰਫ ਇੱਕ ਚ ਕਨੈਕਟਿਵ ਨਹੀਂ ਲੱਗਦੇ ਉਹ ਹਨ ਕੁਐਸਚਨ ਵਰਡ ਕੁਐਸਚਨਸ ਦੇ ਵਿੱਚ ਕੋਈ ਕਨੈਕਟਿਵ ਨਹੀਂ ਲੱਗਦਾ ਨੈਕਸਟ ਇਸ ਚੇਂਜ ਦਾ ਪ੍ਰੋਨౌਨਸ ਔਰ ਵੀ ਕੈਨ ਸੇ ਚੇਂਜ ਦਾ ਪਰਸਨਸ ਆਫ ਦਾ ਪ੍ਰੋਨౌਨਸ within the inverted commas what is the rule the rule is first persons are changed according to the subject first persons according to the subject subjecting of the reporting verb aur apa ev ik aisa reporting speech de vich jo subject aaya ode mutabik apa onu badal dena hunda hai second persons are changed according to the object third persons नो चेंज थर्ड पर्सन आ गए ही शी आ गया दे आ गया या कोई भी थर्ड पर्सन इनहा ਦੇ ਵੱਖ-ਵੱਖ ਰੂਪ ਕੋਈ ਵੀ ਆ ਜਾਂਦੇ ਨੇ ਤੇ ਉਹਨਾਂ ਨੂੰ ਸਿਸ ਚੇਂਜ ਨਹੀਂ ਕਰਨਾ ਔਰ ਇਹਦਾ ਜਿਹੜਾ ਫਾਰਮੂਲਾ ਹੈ ਯਾਦ ਰੱਖਣ ਦਾ ਬੜਾ ਸੌਖਾ ਹੈ 1 2 3 ਓਵਰ ਐਸ ਓ ਐਨ ਭਾਵ ਕੀ 123 ਵਟਾ ਐਸ ਓ ਐਨ ਫਸਟ ਪਰਸਨ ਸਬਜੈਕਟ ਨਾਲ ਸੈਕੰਡ ਓ ਆ ਗਿਆ ਆਬਜੈਕਟ ਨਾਲ ਥਰਡ ਐਨ ਆ ਗਿਆ ਨੋ ਚੇਂਜ ਇੰਨਾ ਚੇ ਕੋਈ ਤਬਦੀਲੀ ਜਿਹੜੀ ਹੈ ਨਹੀਂ ਕਰਨੀ ਹੁੰਦੀ ਕਿ ਧਿਆਨ ਰੱਖਿਓ ਕਿ ਅਸੀਂ ਸਿਰਫ ਜਿਹੜਾ ਸਾਡਾ ਪ੍ਰੋਨਾਉਨ ਹੈ ਉਹਦਾ ਪਰਸਨ ਬਦਲਣਾ ਹੈ ਲੇਕਿਨ ਉਹਦਾ ਰੂਪ ਨਹੀਂ ਬਦਲਣਾ ਜੇ ਪਹਿਲਾਂ ਸਬਜੈਕਟ ਲੱਗਿਆ ਤੇ ਅਸੀਂ ਲਾਵਾਂਗੇ ਸਬਜੈਕਟ ਹੀ ਜੇ ਆਬਜੈਕਟਿਵ ਕੇਸ ਲੱਗਿਆ ਆਬਜੈਕਟਿਵ ਕੇਸ ਹੀ ਲਾਵਾਂਗੇ ਜੇ ਮਤਲਬ ਸਾਡਾ ਪੋਜੈਸਿਵ ਕੇਸ ਲੱਗਿਆ ਮੰਨ ਲਓ ਅਸੀਂ ਮਾਈ ਨੂੰ ਚੇਂਜ ਕਰਨਾ ਹੋਵੇ ਤੇ ਅਸੀਂ ਜਦੋਂ ਚੇਂਜ ਕਰਾਂਗੇ ਉਥੇ ਯੂਰ ਲੱਗ ਸਕਦਾ ਇਸ ਲੱਗ ਸਕਦਾ ਜਾਂ ਕੁਛ ਇਹੋ ਜਿਹਾ ਲੱਗ ਸਕਦਾ ਭਾਵ ਕਿ ਦਾ ਕੇਸ ਬਿਲ ਰਿਮੇਨ ਦਾ ਸੇਮ ਐਂਡ ਦਾ ਪਰਸਨ ਵਿਲ ਚੇਂਜ ਸੈਕੰਡਲੀ ਵੀ ਹੈਵ ਟੂ ਡੂ ਚੇਂਜ ਆਫ ਟੈਂਸ ਚੇਂਜ ਆਫ ਟੈਂਸ ਕਿਵੇਂ ਕਰਨਾ ਇੱਕ ਗੱਲ ਦਾ ਪਹਿਲਾਂ ਹੀ ਧਿਆਨ ਕਰ ਲੋ ਕਿ ਦਾ ਟੈਂਸ ਰਿਮੇਨਸ ਅਨਚੇਂਜਡ ਇਫ ਦਾ ਸੈਂਟੈਂਸ expresses a universal truth a saying means proverb a permanent habit or a historical fact bhav ki odon tense change nahi karange jadon sade sentence de vich ya ta koi universal truth jada hai prakat kita gaya hove ja fir ode vich koi pakki aadat jedi hamesha lai chal rahi hai ਉਹੀ ਜੀ ਆਦਤ ਦੱਸੀ ਗਈ ਹੋਵੇ ਜਾਂ ਕੋਈ ਪਰਵਰਬ ਜਿਹੜੀ ਕਹਾਵਤ ਵਗੈਰਾ ਹੋਵੇ ਉਹ ਵੀ ਚੇਂਜ ਨਹੀਂ ਹੁੰਦੀ ਜਾਂ ਕੋਈ ਹਿਸਟੋਰੀਕਲ ਇਫੈਕਟ ਹੋਵੇ ਇਤਿਹਾਸਕ ਗੱਲ ਕੋਈ ਦੱਸੀ ਗਈ ਹੋਵੇ ਉਹਦਾ ਵੀ ਟੈਂਸ ਚੇਂਜ ਨਹੀਂ ਹੁੰਦਾ ਇੱਕ ਗੱਲ ਦੂਜੀ ਗੱਲ ਇਫ ਦਾ ਰਿਪੋਰਟਿੰਗ ਵਰਬ ਇਜ਼ ਇਨ ਦਾ ਪ੍ਰੈਜ਼ੈਂਟ ਟੈਂਸ অর ਫਿਊਚਰ ਟੈਂਸ ਥੈਨ ਆਲਸੋ ਵੀ ਡੋਨਟ ਚੇਂਜ ਦਾ ਟੈਂਸ ਆਫ ਦਾ ਸੈਂਟੈਂਸ ਭਾਵਕੀ ਜੇ ਸੇ ਲੱਗਿਆ ਹੋਵੇ ਸੇਜ਼ ਲੱਗਿਆ ਹੋਵੇ ਵਿਲ ਸੇ ਲੱਗਿਆ ਹੋਵੇ ਸ਼ੈਲ ਸੇ ਲੱਗਿਆ ਹੋਵੇ ਭਾਵਕੀ ਪ੍ਰੈਜ਼ੈਂਟ ਜਾਂ ਫਿਊਚਰ ਹੋਵੇ ਤੇ ਫਿਰ ਵੀ ਅਸੀਂ ਅੰਦਰੋਂ ਟੈਂਸ ਨਹੀਂ ਬਦਲਦੇ ਦੋ ਹਾਲਤਾਂ ਤੇ ਨਹੀਂ ਬਦਲਦੇ ਪਹਿਲੀ ਗੱਲ ਜੇ ਪ੍ਰੈਜ਼ੈਂਟ ਜਾਂ ਫਿਊਚਰ ਹੋਵੇ ਨੰਬਰ 2 ਜੇ ਅੰਦਰ ਕੋਈ ਆ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ 3-4 ਦੱਸਿਆ ਨੇ ਇਹਨਾਂ ਚੋਂ ਕੋਈ ਹੋਵੇ ਫਿਰ ਵੀ ਟੈਂਸ ਨਹੀਂ ਬਦਲਣਗੇ अदरवाइज अगर सेट लग गया ਭਾਵਕੀ ਜੇ ਰਿਪੋਰਟਿੰਗ ਵਰਬ ਸਾਡੇ ਪਾਸਟ ਵਿੱਚ ਆ ਫਿਰ ਅਸੀਂ ਕਿਵੇਂ ਬਦਲਾਂਗੇ ਜਿੰਨੇ ਸਾਡੇ ਪ੍ਰੈਜੈਂਟ ਟੈਂਸ ਨੇ ਅਸੀਂ ਉਹਨਾਂ ਨੂੰ ਪਾਸਟ ਕਰ ਦੇਣਾਗਾ ਜਿਹੜਾ ਕੋਰਸਪੋਂਡਿੰਗ ਪਾਸਟ ਹੈ ਕੋਰਸਪੋਂਡਿੰਗ ਪਾਸਟ ਤੋਂ ਭਾਵ ਕੀ ਆ ਅਗਰ ਪ੍ਰੈਜੈਂਟ ਡਿਫੀਨੇਟ ਆ ਪਾਸਟ ਇੰਡਿਫੀਨੇਟ ਹੋ ਜਾਊਗਾ ਪ੍ਰੈਜੈਂਟ ਕੰਟੀਨਿਊਸ ਪਾਸਟ ਕੰਟੀਨਿਊਸ ਅਗਰ ਪ੍ਰੈਜੈਂਟ ਪਰਫੈਕਟ ਹੈ ਤਾਂ ਪਾਸਟ ਪਰਫੈਕਟ ਹੋ ਜਾਊਗਾ ਜੇ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਹੈ ਤਾਂ ਪਾਸਟ ਪਰਫੈਕਟ ਕੰਟੀਨਿਊਸ ਹੋ ਜਾਊਗਾ ਅਗਰ ਪਾਸਟ ਇਨਡੈਫਿਨਿਟ ਹੈ ਤਾਂ ਉਹਦਾ ਹੋ ਜਾਂਦਾ ਹੁੰਦਾ ਪਾਸਟ ਪਰਫੈਕਟ ਜੇ ਪਾਸਟ ਕੰਟੀਨਿਊਸ ਹੈ ਤਾਂ ਉਹਦਾ ਕਰ ਦੇਣਾਗਾ ਪਾਸਟ ਪਰਫੈਕਟ ਕੰਟੀਨਿਊਸ ਔਰ ਜੇ ਵਿਲ ਯਾ ਸ਼ਲ ਲੱਗਿਆ ਹੋਇਆ ਤੇ ਫਿਰ ਅਸੀਂ ਉਹਦਾ ਕਰ ਦਨੇ ਵੁੱਡ ਯਾ ਸ਼ੁੱਡ ਲੇਕਿਨ ਮੋਸਟਲੀ ਵੁੱਡ ਲੱਗੇਗਾ ਸ਼ੁੱਡ ਕਿਤੇ ਵੈਰੀ ਰੇਅਰ ਹੀ ਲੱਗੇਗਾ ਇਹਨਾਂ ਦੋਨੋਂ ਚ ਅਸੀਂ ਕੋਈ ਲਾਉਨੇ ਆ ਲੇਕਿਨ ਮੋਸਟਲੀ वुਡ ਲਾਉਣਾ ਹੁੰਦਾ ਕਹਿਣ ਦਾ ਕੁਡ ਬਣ ਜਾਂਦਾ ਮੇ ਦਾ ਮਾਈਟ ਮਸਟ ਦਾ ਹੈਡ ਟੂ ਇਦਾਂ ਅਸੀਂ ਜਿਹੜੇ ਸਾਡੇ ਟੈਂਸ ਨੇ ਉਹ ਚੇਂਜ ਕਰ ਦੇਣੇ ਹੁੰਦੇ ਨੇਗੇ ਰਿਮੈਂਬਰ ਵੀ ਡੋਨਟ ਚੇਂਜ ਦਾ ਟੈਂਸ ਆਫ ਦਾ ਵਰਬ ਵੈਨ आवर ਸੈਂਟੈਂਸ ਐਕਸਪ੍ਰੈਸਸਸ ਰਿਪੋਰਟਿੰਗ ਵਰਬ ਆ ਯੂਨੀਵਰਸਲ ਟਰੂਥ ਆ ਹਿਸਟੋਰੀਕਲ ਫੈਕਟ or a permanent habit or when the reporting verb is in the present or the future tense this is very important our next rule is words denoting nearness are changed into words denoting distance bhav ki jo neerta prakat karan wale shabd hunde ne ohna nu asi doori prakat karan wale shabdan vich badal denne hai kivein palan jivein this that these those here there now then ago before today da ban janda that day tonight that night yesterday the previous day tomorrow da next day wagaira wagaira inon tusi yaad kar lena hor vi hage ne hence then say lekin oh kat varto ch aun wale ne heder da didher ban janda to eh jehde sade words denoting nearness e inna nu assi ਚੇਂਜ ਕਰਕੇ ਵਰਡਸ ਆਫ ਡਿਸਟੈਂਸ ਜਿਹੜਾ ਹੈ ਉਹ ਅਸੀਂ ਬਣਾ ਦਿੰਨੇ ਹੈਗੇ ਆਂਗੇ ਔਰ ਨਾਲ ਹੀ ਇਸ ਗੱਲ ਦਾ ਧਿਆਨ ਵੀ ਰੱਖਣਾ ਕਿ ਜੇ ਬਾਏ ਚਾਂਸ ਜਿਹੜੀ ਚੀਜ਼ ਨੂੰ ਪਹਿਲਾਂ ਦਿਸਕਿਆ ਗਿਆ ਉਹ ਚੀਜ਼ ਪ੍ਰੈਜ਼ੈਂਟ ਦੇ ਵਿੱਚ ਵੀ ਸਾਰੀ ਗੱਲ ਪ੍ਰੈਜ਼ੈਂਟ ਕਨਟੈਕਸਟ ਦੇ ਵਿੱਚ ਹੁੰਦੀ ਹੋਵੇ ਪਲੇਸ ਔਰ ਟਾਈਮ ਉਹੀ ਹੋਵੇ ਫਿਰ ਦਿਸਤਾ ਦਿਸ ਵੀ ਰਹਿ ਸਕਦਾ ਹੈ ਲੇਕਿਨ ਇਹੋ ਜਿਹੇ ਸੈਂਟੈਂਸ ਬਹੁਤ ਰੇਅਰ ਆਉਣਗੇ ਔਰ ਨੈਕਸਟ ਇੰਪੋਰਟੈਂਟ ਰੂਲ ਇਜ਼ 올 ਟਾਈਪਸ ਆਫ ਸੈਂਟੈਂਸਸ ਬਿਕਮ ਸਿੰਪਲ ਸਿੰਪਲ ਇਨ ਇਨਡਾਇਰੈਕਟ ਸਪੀਚ ਦੇਖੋ ਡਾਇਰੈਕਟ ਸਪੀਚ ਦੇ ਵਿੱਚ ਸਾਡਾ ਸੈਂਟੈਂਸ ਇੰਟਰੋਗੇਟਿਵ ਵੀ ਹੋਊਗਾ ਇੰਪੇਰੇਟਿਵ ਐਕਸਕਲੇਮੇਟਰੀ ਆਪਟੇਟਿਵ ਕਿਸੇ ਵੀ ਕਿਸਮ ਦਾ ਹੋ ਸਕਦਾ ਹੈਗਾ ਲੇਕਿਨ ਇਨਡਾਇਰੈਕਟ ਸਪੀਚ ਦੇ ਵਿੱਚ ਵੀ ਯੂਜ਼ ਓਨਲੀ ਸਿੰਪਲ ਸੈਂਟੈਂਸਸ ਨਾ ਕੋਈ ਇੰਟਰੋਗੇਟਿਵ ਕਿਤੇ ਲਾਉਣਾ ਨਾ ਕਿਤੇ ਤੁਸੀਂ ਕਿਤੇ ਐਕਸਕਲੇਮੇਟਰੀ ਸਾਈਨ ਜਿਹੜਾ ਹੈ ਉਹ ਲਾਉਣਾਗਾ ਤੇ ਨਾ ਹੀ ਕਿਤੇ ਕੋਈ ਹੋਰ ਚੀਜ਼ ਇਸ ਤਰ੍ਹਾਂ ਦੀ all sentences become simple sentences in indirect speech the process is reversed when we have to convert the sentences of indirect speech into direct speech bhav ki je indirect speech nu asi direct speech badalna fer ki karna a jehdi abab process hai eh nu apa reverse kar dena ga ਭਾਵ ਕੀ ਉਲਟ ਕਰ ਦੇਣਾ ਹੈ ਜਿਵੇਂ ਆਪਾਂ ਪਹਿਲਾਂ ਕੀਤਾ ਸੀ ਉਸ ਦੇ ਤਾਂ ਇਹਦੀ ਵੀ ਆਪਾਂ ਪ੍ਰੈਕਟਿਸ ਕਰਾਂਗੇ ਸੋ थैंक यू ਵੈਰੀ ਮਚ ਸੋ ਨਾਈਸ ਨੈਕਸਟ ਲੈਕਚਰ ਦੇ ਵਿੱਚ ਆਪਾਂ ਇਸ ਦੀ ਪ੍ਰੈਕਟਿਸ ਕਰਾਂਗੇ ਸੈਂਟੈਂਸ ਵੱਖ-ਵੱਖ ਕਿਸਮਾਂ ਦੇ थैंक यू ਗੋਡ ਬles